ਜਿੱਥੇ ਜਿੱਥੇ ਵੀ ਕਬੱਡੀ ਕੋਈ ਖੇਡਦਾ ਤੇਰੀ ਆਉਂਦੀ ਹਰਜੀਤ ਬੜੀ ਯਾਦ ਵੀ ਜਿੱਥੇ ਮਾਵਾਂ ਵੀਰੇ ਭੈਣਾਂ ਸਦਾ ਰੋਂਦੀਆਂ ਘਰ ਹੋਣਗੇ ਉਹ ਕਦੋਂ ਫਿਰ ਆਬਾਦ ਵੀ ਕਿੰਨੇ ਲੈ ਗਿਆ ਬਰਾਤੀ ਮੌਤ ਵਿਆਹੁਣ ਨੂੰ ਤੇਰੀ ਭੁੱਲਣੀ ਬਰਾੜਾ ਨਹੀਂ ਉਹ ਯਾਦ ਵੀ। ਦੋਸਤੋ ਮੈਂ ਅੱਜ ਤੁਹਾਡੇ ਲਈ ਇੱਕ ਅਜਿਹੇ ਕਬੱਡੀ ਖਿਡਾਰੀ ਦੀ ਬਾਇਓਗ੍ਰਾਫੀ ਲੈ ਕੇ ਹਾਜ਼ਰ ਹੋਇਆ ਜਿਸ ਨੂੰ ਕਿ ਇਸ ਦੁਨੀਆ ਤੋਂ ਗਏ ਹੋਏ ਕਾਫੀ ਸਮਾਂ ਹੋ ਗਿਆ ਪਰ ਅੱਜ ਵੀ ਕੋਈ ਵੀ ਕਬੱਡੀ ਮੈਚ ਉਹਨਾਂ ਦਾ ਨਾਮ ਲਏ ਤੋਂ ਬਿਨਾਂ ਨਾ ਤਾਂ ਸ਼ੁਰੂ ਹੁੰਦਾ ਅਤੇ ਨਾ ਹੀ ਖਤਮ ਹੁੰਦਾ। ਦੋਸਤੋ ਉਹਨਾਂ ਨੂੰ ਕਬੱਡੀ ਦਾ ਦੂਜਾ ਨਾਮ ਕਿਹਾ ਜਾਂਦਾ ਕਿਉਂਕਿ ਜਿੱਥੇ ਵੀ ਕਬੱਡੀ ਦੀ ਗੱਲ ਹੁੰਦੀ ਆ ਉੱਥੇ ਹਰਜੀਤ ਬਰਾੜ ਬਾਜਾਖਾਨਾ ਦਾ ਨਾਮ ਆਪਣੇ ਆਪ ਸਾਡੇ ਸਾਹਮਣੇ ਆ ਜਾਂਦਾ। ਸੋ ਦੋਸਤੋ ਕੀ ਕਾਰਨ ਹੈ ਕਿ ਕਬੱਡੀ ਜਗਤ ਦੇ ਵਿੱਚ ਅੱਜ ਵੀ ਹਰਜੀਤ ਬਾਜਾਖਾਨਾ ਦਾ ਨਾਮ ਬਹੁਤ ਹੀ ਸਨਮਾਨ ਅਤੇ ਆਦਰ ਦੇ ਨਾਲ ਲਿਆ ਜਾਂਦਾ। ਹਰਜੀਤ ਬਾਜਾਖਾਨਾ ਦੇ ਨਾਮ ਦੇ ਉੱਪਰ ਪਤਾ ਨਹੀਂ ਕਿੰਨੇ ਕੁ ਸ਼ੇਅਰ ਬਣ ਚੁੱਕੇ ਆ, ਉਹਨਾਂ ਦੇ ਉੱਪਰ ਅਨੇਕਾਂ ਗੀਤ ਗਾਏ ਜਾ ਚੁੱਕੇ ਆ। ਸੋ ਇਹ ਜ਼ਰੂਰੀ ਹੋ ਗਿਆ ਸੀ ਕਿ ਆਪਾਂ ਉਹਨਾਂ ਦੀ ਜ਼ਿੰਦਗੀ ਦੇ ਝਾਤ ਮਾਰਦੇ ਅਤੇ ਦੇਖਦੇ ਕਿ ਕੀ ਖਾਸ ਗੱਲ ਸੀ ਇਸ ਖਿਡਾਰੀ ਦੇ ਵਿੱਚ ਕਿ ਅੱਜ ਵੀ ਇਸ ਖਿਡਾਰੀ ਨੂੰ ਬੜੇ ਆਦਰ ਅਤੇ ਸਨਮਾਨ ਦੇ ਨਾਲ ਕਿਤੇ ਵੀ ਜਾਂਦੇ ਆਪਾਂ ਕਬੱਡੀ ਮੈਚ ਦੇਖਣ ਦੇ ਲਈ ਤਾਂ ਯਾਦ ਕੀਤਾ ਜਾਂਦਾ। ਸੋ ਬਿਨਾਂ ਟਾਈਮ ਗਵਾਏ ਕਬੱਡੀ ਜਗਤ ਦੇ ਸਟਾਰ ਹਰਜੀਤ ਬਾਜਾਖਾਨਾ ਬਾਰੇ ਗੱਲ ਕਰਦੇ ਹਾਂ। ਦੋਸਤੋ ਹਰਜੀਤ ਬਾਜਾਖਾਨਾ ਦਾ ਜਨਮ 5 ਸਤੰਬਰ 1971 ਨੂੰ ਪਿੰਡ ਬਾਜਾਖਾਨਾ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਹੋਇਆ। ਹਰਜੀਤ ਬਰਾੜ ਬਚਪਨ ਤੋਂ ਹੀ ਇੱਕ ਮਜ਼ਬੂਤ ਸਰੀਰ ਉੱਚੀ ਕੱਦ ਕਾਠੀ ਹੋਣ ਕਰਕੇ ਆਪਣੇ ਪੂਰੇ ਇਲਾਕੇ ਦੇ ਵਿੱਚ ਜਾਣਿਆ ਜਾਂਦਾ ਸੀ। ਸੋ ਉਹਨਾਂ ਦੇ ਪਿਤਾ ਅਤੇ ਉਹਨਾਂ ਦੇ ਅਧਿਆਪਕ ਵੀ ਸਮਝ ਚੁੱਕੇ ਸੀ ਕਿ ਹਰਜੀਤ ਖੇਡਾਂ ਦੇ ਲਈ ਬਣਿਆ ਹੋਇਆ। ਉਹਨਾਂ ਦੇ ਸਕੂਲ ਦੇ ਵਿੱਚ ਕਬੱਡੀ ਦੀਆਂ ਖੇਡਾਂ ਅਕਸਰ ਕਰਾਈਆਂ ਜਾਂਦੀਆਂ ਸੀ। ਸੋ ਹਰਜੀਤ ਨੂੰ ਉਹਨਾਂ ਖੇਡਾਂ ਦੇ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਦਾ ਸੀ। ਹਰਜੀਤ ਨੇ ਆਪਣੇ ਦਮ 'ਤੇ ਕਈ ਵਾਰ ਸਕੂਲ ਨੂੰ ਵੱਡੇ ਵੱਡੇ ਟੂਰਨਾਮੈਂਟ ਜਿਤਾਏ। ਸੋ ਸਕੂਲ ਟਾਈਮ ਤੋਂ ਹੀ ਹਰਜੀਤ ਬਰਾੜ ਬਾਜਾਖਾਨਾ ਆਪਣੀ ਪਹਿਚਾਣ ਆਪਣੇ ਇਲਾਕੇ ਅਤੇ ਨੇੜੇ ਨੇੜੇ ਦੇ ਪਿੰਡਾਂ ਵਿੱਚ ਜ਼ਿਲ੍ਹਿਆਂ ਵਿੱਚ ਬਣਾ ਚੁੱਕੇ ਸੀ ਪਰ ਅਜੇ ਤੱਕ ਇਸ ਸਿਤਾਰੇ ਦਾ ਸ਼ਾਇਦ ਦੁਨੀਆ ਦੇ ਵਿੱਚ ਚਮਕਣਾ ਬਾਕੀ ਸੀ। ਹਰਜੀਤ ਬਰਾੜ ਦੀ ਕਬੱਡੀ ਨੂੰ ਦੇਖਦੇ ਹੋਏ ਜਲੰਧਰ ਸਪੋਰਟਸ ਸਕੂਲ ਨੇ ਹਰਜੀਤ ਬਰਾੜ ਨੂੰ ਉਚੇਚੇ ਤੌਰ 'ਤੇ ਆਪਣੇ ਸਕੂਲ ਦੇ ਵਿੱਚ ਦਾਖਲਾ ਲੈਣ ਦੇ ਲਈ ਲੈ ਕੇ ਗਏ ਜਿੱਥੇ ਉਹਨਾਂ ਨੇ ਕਬੱਡੀ ਦੀਆਂ ਹੋਰ ਬਰੀਕੀਆਂ ਅਤੇ ਦਾਅ ਪੇਚ ਸਿੱਖੇ। ਦੋਸਤੋ ਇੱਕ ਵਾਰ ਦੀ ਘਟਨਾ ਦੀ ਗੱਲ ਕਰੀਏ ਤਾਂ ਇੱਕ ਵਾਰ ਹਰਜੀਤ ਬਰਾੜ ਅਤੇ ਉਹਨਾਂ ਦੇ ਕੁਝ ਦੋਸਤ ਕੁਸ਼ਤੀ ਮੈਚ ਦੇਖਣ ਗਏ ਸੀ। ਉਹਨਾਂ ਦੇ ਦੋਸਤਾਂ ਨੇ ਹਰਜੀਤ ਬਰਾੜ ਦੀ ਕੁਸ਼ਤੀ ਮਜ਼ਾਕ ਦੇ ਵਿੱਚ ਇੱਕ ਤਕੜੇ ਪਹਿਲਵਾਨ ਦੇ ਨਾਲ ਪਵਾ ਦਿੱਤੀ ਪਰ ਹਰਜੀਤ ਬਰਾੜ ਨੇ ਅਜਿਹੇ ਦਾਅ ਪੇਚ ਵਰਤੇ ਕਿ ਉਸ ਤਾਕਤਵਰ ਪਹਿਲਵਾਨ ਦੀ ਢੂਈ ਲਵਾਉਣ ਦੇ ਵਿੱਚ ਹਰਜੀਤ ਬਾਜਾਖਾਨਾ ਕਾਮਯਾਬ ਹੋ ਗਿਆ ਅਤੇ ਉਹ ਮੈਦਾਨ ਤਾੜੀਆਂ ਦੇ ਨਾਲ ਗੂੰਜ ਉੱਠਿਆ ਅਤੇ ਚਾਰੇ ਪਾਸੇ ਹਰਜੀਤ ਬਾਜਾਖਾਨਾ ਹਰਜੀਤ ਬਾਜਾਖਾਨਾ ਹੀ ਹੋਣ ਲੱਗ ਪਈ। 1982-83 ਦੇ ਵਿੱਚ ਕੈਨੇਡਾ ਦੀ ਟੀਮ ਇੰਡੀਆ ਦੇ ਵਿੱਚ ਆਈ ਹੋਈ ਸੀ। ਸੋ ਹਰਜੀਤ ਬਾਜਾਖਾਨਾ ਨੇ ਕੈਨੇਡਾ ਦੀ ਟੀਮ ਵੱਲੋਂ 2 ਰੇਡਾਂ ਪਾਈਆਂ। ਹਰਜੀਤ ਦੀਆਂ ਰੇਡਾਂ ਇੰਨੀਆਂ ਜ਼ਿਆਦਾ ਜ਼ਬਰਦਸਤ ਸੀ ਕਿ ਲੋਕਾਂ ਨੇ ਹਰਜੀਤ ਦੀ ਵਾਹ ਵਾਹ ਕਰਨੀ ਸ਼ੁਰੂ ਕਰ ਦਿੱਤੀ। ਸੋ ਉੱਥੋਂ ਹਰਜੀਤ ਬਾਜਾਖਾਨਾ ਦਾ ਨਾਮ ਬਣਨਾ ਸ਼ੁਰੂ ਹੋ ਗਿਆ ਸੀ। 1994 ਦੇ ਵਿੱਚ ਹਰਜੀਤ ਨੇ ਕੈਨੇਡਾ ਦਾ ਦੌਰਾ ਕੀਤਾ। ਉਸ ਤੋਂ ਬਾਅਦ ਤਾਂ ਜਿਵੇਂ ਹਰਜੀਤ ਲਈ ਕਿਸਮਤ ਦੇ ਦਰਵਾਜ਼ੇ ਖੁੱਲ੍ਹ ਗਏ ਸੀ। ਉਸ ਤੋਂ ਬਾਅਦ ਉਹਨਾਂ ਨੇ ਪਾਕਿਸਤਾਨ ਦਾ ਦੌਰਾ ਕੀਤਾ, ਅਮਰੀਕਾ ਦਾ ਦੌਰਾ ਕੀਤਾ, ਇੰਗਲੈਂਡ ਦਾ ਦੌਰਾ ਕੀਤਾ। ਜਿੱਥੇ ਵੀ ਹਰਜੀਤ ਜਾਂਦਾ ਲੋਕ ਦੂਰੋਂ ਦੂਰੋਂ ਚੱਲ ਕੇ ਹਰਜੀਤ ਬਰਾੜ ਦੇ ਨਾਲ ਗੱਲ ਕਰਨ ਦੇ ਲਈ, ਉਹਨਾਂ ਨੂੰ ਦੇਖਣ ਦੇ ਲਈ ਪਹੁੰਚ ਜਾਂਦੇ। 1996 ਵਰਲਡ ਕੱਪ ਦੇ ਵਿੱਚ ਜੋ ਕਿ ਕੈਨੇਡਾ ਦੇ ਵਿੱਚ ਹੋਇਆ ਸੀ, ਪਾਕਿਸਤਾਨ ਵਿਰੁੱਧ ਹਰਜੀਤ ਬਾਜਾਖਾਨਾ ਦੀ ਇੱਕ ਇੱਕ ਰੇਡ 'ਤੇ 1-1 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਸੀ। ਸੋ ਉਸ ਟਾਈਮ ਇੱਕ ਗੋਰੇ ਨੇ ਕਮੈਂਟਰੀ ਕਰਦੇ ਹੋਏ ਕਿਹਾ ਸੀ ਕਿ ਭਾਰਤ ਨੇ ਪੈਸੇ ਬਣਾਉਣ ਵਾਲੀ ਮਸ਼ੀਨ ਕੱਢੀ ਆ ਜੋ ਕਿ ਮਿੰਟ ਤੋਂ ਲੱਖ ਰੁਪਈਆ ਬਣਾਉਂਦੀ ਆ। ਸੋ ਦੋਸਤੋ ਵਿਆਹ ਦੀ ਗੱਲ ਕਰੀਏ ਤਾਂ ਹਰਜੀਤ ਬਰਾੜ ਦਾ ਵਿਆਹ ਨਰਿੰਦਰ ਕੌਰ ਦੇ ਨਾਲ ਹੋਇਆ ਅਤੇ ਉਹਨਾਂ ਦੇ ਘਰ ਇੱਕ ਬੇਟੀ ਨੇ ਜਨਮ ਲਿਆ ਜਿਸ ਦਾ ਨਾਮ ਕਿ ਉਹਨਾਂ ਨੇ ਗਗਨ ਹਰਜੀਤ ਕੌਰ ਰੱਖਿਆ। ਦੋਸਤੋ ਕੈਰੀਅਰ ਦੀਆਂ ਬੁਲੰਦੀਆਂ ਨੂੰ ਛੂਹਦੇ ਹੋਏ ਹਰਜੀਤ ਬਾਜਾਖਾਨਾ ਚਾਰੇ ਪਾਸੇ ਆਪਣੀ ਵਾਹ ਵਾਹ ਕਰਾ ਚੁੱਕੇ ਸੀ। ਕਬੱਡੀ ਦਾ ਦੂਜਾ ਨਾਮ ਹਰਜੀਤ ਬਰਾੜ ਬਾਜਾਖਾਨਾ ਬਣ ਚੁੱਕਿਆ ਸੀ। ਕਬੱਡੀ ਜਗਤ ਦੇ ਵਿੱਚ ਇੱਕ ਅਜਿਹੀ ਮੰਦ ਘੜੀ ਵੀ ਆਈ ਜਦੋਂ 16 ਅਪ੍ਰੈਲ 1998 ਨੂੰ ਹਰਜੀਤ ਬਰਾੜ ਅਤੇ ਉਹਨਾਂ ਦੇ ਸਾਥੀ ਜਿਪਸੀ ਦੇ ਵਿੱਚ ਸਵਾਰ ਹੋ ਕੇ ਦਿੱਲੀ ਵੱਲ ਨੂੰ ਜਾ ਰਹੇ ਸੀ ਤਾਂ ਮਰਿੰਡੇ ਦੇ ਨੇੜੇ ਉਹਨਾਂ ਦਾ ਐਕਸੀਡੈਂਟ ਟਰੱਕ ਦੇ ਨਾਲ ਹੋ ਗਿਆ। ਐਕਸੀਡੈਂਟ ਇੰਨਾ ਜ਼ਿਆਦਾ ਭਿਆਨਕ ਸੀ ਕਿ ਹਰਜੀਤ ਬਰਾੜ ਦੇ ਇੱਕ ਸਾਥੀ ਨੂੰ ਛੱਡ ਕੇ ਬਾਕੀ ਸਾਰੇ ਉਸੇ ਜਗ੍ਹਾ 'ਤੇ ਮਾਰੇ ਗਏ। ਹਰਜੀਤ ਬਰਾੜ ਨੇ ਵੀ ਉਸ ਐਕਸੀਡੈਂਟ ਦੇ ਵਿੱਚ ਉਸੇ ਜਗ੍ਹਾ 'ਤੇ ਦਮ ਤੋੜ ਦਿੱਤਾ। ਉਹਨਾਂ ਦੇ ਇੱਕ ਸਾਥੀ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਪਰ ਹਰਜੀਤ ਬਰਾੜ ਵਰਗਾ ਹੀਰਾ ਅਤੇ ਉਹਨਾਂ ਦੇ ਕੁਝ ਹੋਰ ਚੋਟੀ ਦੇ ਖਿਡਾਰੀ ਇਸ ਐਕਸੀਡੈਂਟ ਵਿੱਚ ਸਦਾ ਲਈ ਸਾਨੂੰ ਛੱਡ ਕੇ ਚਲੇ ਗਏ। ਸੋ ਦੋਸਤੋ ਇਸ ਖਿਡਾਰੀ ਨੂੰ ਸਲੂਟ ਆ ਕਿਉਂਕਿ ਇਸ ਖਿਡਾਰੀ ਦਾ ਨਾਮ ਇੰਨੇ ਟਾਈਮ ਬਾਅਦ ਵੀ ਲੋਕ ਉਸੇ ਤਰ੍ਹਾਂ ਸਨਮਾਨ ਦੇ ਨਾਲ ਲੈਂਦੇ ਆ
ਕਬੱਡੀ ਦਾ ਦੂਜਾ ਨਾਮ ਅੱਜ ਵੀ ਹਰਜੀਤ ਬਰਾੜ ਬਣਿਆ ਹੋਇਆ ਅਤੇ ਸ਼ਾਇਦ ਰਹਿੰਦੀ ਦੁਨੀਆ ਤੱਕ ਜਿੱਥੇ ਵੀ ਕਬੱਡੀ ਖੇਡੀ ਜਾਊਗੀ, ਜਿੰਨਾ ਟਾਈਮ ਵੀ ਕਬੱਡੀ ਖੇਡ ਜਾਂਦੀ ਆ, ਹਰਜੀਤ ਬਰਾੜ ਦਾ ਨਾਮ ਇਸੇ ਤਰ੍ਹਾਂ ਜਾਂਦਾ ਰਹੂਗਾ। ਸੋ ਦੋਸਤੋ, ਉਮੀਦ ਆ ਕਿ ਜਿਹੜੀ ਵੀਡੀਓ ਅਸੀਂ ਹਰਜੀਤ ਬਰਾੜ ਬਾਰੇ ਪੇਸ਼ ਕੀਤੀ ਤੁਹਾਨੂੰ ਪਸੰਦ ਆਈ ਹੋਊਗੀ। ਵੀਡੀਓ ਨੂੰ ਲਾਈਕ ਜ਼ਰੂਰ ਕਰੋ, ਹਰਜੀਤ ਬਰਾੜ ਬਾਰੇ ਕਮੈਂਟ ਜ਼ਰੂਰ ਕਰੋ ਅਤੇ ਹਰਜੀਤ ਬਰਾੜ ਦੇ ਫੈਨ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਅਤੇ ਹੋਰ ਵੀਡੀਓਜ਼ ਦੇ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਥੈਂਕ ਯੂ ਸੋ ਮੱਚ।